ਆਹ ਇੱਕ ਚੀਜ਼ ਨਾ ਤੁਹਾਡਾ ਵੀ ਘਰ ਬਰਬਾਦ ਕਰੂ, ਯਾਦ ਕਰੋ ਜੀ ਆਹ ਇੱਕ ਚੀਜ਼ ਤੋਂ ਬਚ ਗਏ ਤਾਂ ਤੁਹਾਡੇ ਵੀ ਧੀਆਂ ਪੁੱਤ ਵਸਣਗੇ, ਯਾਦ ਰੱਖਿਓ। ਹੁਣ ਰੌਲਾ ਮੈਂ ਗੱਲ ਕਰਦਾ ਜਿਹੜਾ ਕੀ ਆ, ਇੱਕ ਘਟਨਾ ਘਟੀ ਆ, ਕਹਿੰਦੇ ਸਹੁਰੇ ਨੇ ਜਵਾਈ ਨਹੀਂ ਮਾਰਿਆ ਬਲਕਿ ਕੀ ਆ ਸਾਡੇ ਮੂੰਹਾਂ ਤੋਂ ਇੱਕ ਨਕਾਬ ਤਾਰਿਆ, ਫੋਕੀ ਇੱਕੋ ਦਾ ਨਕਾਬ ਆ ਜਿਹਨੇ ਘਰ ਜਾੜਿਆ। ਤੇ ਆਹ ਮੀਡੀਆ ਵਾਲੇ ਨੇ ਸ਼ਰਮਲਾ ਰੱਖੀ ਆ ਯਾਰ, ਕੋਈ ਕਹਿੰਦਾ AIG ਨੇ ਮਾਰਤਾ ਜੀ, ਕੋਈ ਕਹਿੰਦਾ IPS ਮਾਰਤਾ, IRS ਮਾਰਤਾ, ਓਏ ਬਕਵਾਸ ਮਾਰੀ ਜੀ। ਉਹਨੂੰ ਅਕਸਰ ਨੂੰ ਕੀ ਆ ਸੀ ਤਾਂ ਬੰਦੇ ਯਾਰ, ਉਹਨਾਂ ਦੇ ਵੀ ਜਜ਼ਬਾਤ ਸੀ, ਉਹਨਾਂ ਦੇ ਰਿਸ਼ਤੇ ਸੀ ਤੇ ਰਿਸ਼ਤਿਆਂ 'ਚ ਦਰਾੜਾਂ ਪਈਆਂ ਸੀ, ਮਸਲਾ ਜਿਹੜੀ ਗੱਲ ਦਾ ਕਰਨ ਵਾਲਾ ਜਿਹਦੇ ਕਰਕੇ ਘਰ ਉੱਜੜਿਆ। ਉੱਜੜਨ ਦਾ ਕਾਰਨ ਕੀ ਆ ਉਹਨਾਂ ਗੱਲਾਂ ਤੇ ਜ਼ਿਕਰ ਕਰਾਂਗੇ ਜੇ ਧੀਆਂ ਪੁੱਤਾਂ ਵਾਲੇ ਹੋ ਨਾ, ਤਾਂ ਅੱਜ ਇਸ ਗੱਲ ਨੂੰ ਗੌਰ ਕਰਿਓ ਯਾਰ, ਕਿਉਂਕਿ ਇਹਨਾਂ ਨੇ ਘਰ ਜਾੜਤੇ ਤੇ ਉਹਨਾਂ ਘਰਾਂ ਦੇ ਰੋਜ਼ ਉੱਜੜਦੇ ਘਰਾਂ ਨੂੰ ਵਸਾਉਣ ਦੀ ਕੋਸ਼ਿਸ਼ ਸਾਡੀ ਸੰਸਥਾ ਵੱਲੋਂ ਵੀ ਕੀਤੀ ਜਾਂਦੀ ਹੈ ਤੇ ਬਹੁਤ ਘਰ ਵਸਾਏ ਵੀ ਹੈਗੇ ਆ। ਮੈਂ ਤੁਹਾਨੂੰ ਇੱਕੋ ਗੱਲ ਕਰਦਾ ਕਿ ਇੱਕ ਬੰਦਾ ਸਿਆਣਾ ਉਹ ਮੰਨੋਗੇ ਜਿਹੜਾ ਠੇਬਾ ਖਾ ਕੇ ਸੰਭਲਦਾ, ਜਾਂ ਜਿਹੜਾ ਕੀ ਆ ਕਿਸੇ ਨੂੰ ਕੀ ਆ ਠੇਬਾ ਖਾਂਦੇ ਨੂੰ ਦੇਖ ਕੇ ਆਪ ਉਸ ਜਗ੍ਹਾ ਤੋਂ ਸੰਭਲ ਜੇ। ਹੁਣ ਮਸਲਾ ਬੜੀ ਵੱਡੀ ਘਟਨਾ ਘਟੀ ਆ ਇਹ, ਤੇ ਸਮਾਜ 'ਚ ਰੋਜ਼ ਘਟ ਰਹੀ ਆ। ਸਿਰਫ ਹਾਈਲਾਈਟ ਤਾਂ ਹੋ ਗਈ, ਕਹਿੰਦੇ ਜੀ ਵੱਡੇ ਅਹੁਦੇ ਤੇ ਸੀ, ਪਰ ਸੀ ਤਾਂ ਇੱਕ ਕੁੜੀ ਦਾ ਪਿਓ ਸੀ, ਉਹ ਕੁੜੀ ਦਾ ਪਿਓ ਨੇ ਕੀ ਆ ਇੱਕ ਕਿਸੇ ਦਾ ਪੁੱਤ ਮਾਰਿਆ, ਪਰ ਮਾਰਿਆ ਕਿਉਂ ਆ ਉਹਦੇ ਵਿੱਚ ਅਸਲ ਜਿਹੜੇ ਵਜ੍ਹਾ ਨੇ, ਉਹਦੀਆਂ ਗੱਲਾਂ ਤਾਂ ਸਾਰੇ ਚੈਨਲ ਹੀ ਕਰੀ ਜਾਂਦੇ ਆ, ਪਰ ਚੈਨਲ ਗੱਲਾਂ ਕਿੱਥੇ ਕਰਦੇ ਆ, ਅਹੁਦਿਆਂ ਦੀਆਂ ਗੱਲਾਂ ਕਰਦੇ ਆ। ਰੁਤਬੇ ਤੇ ਰਿਸ਼ਤੇ ਹੀ ਕੀ ਆ ਇਸ ਪੋਸਟ ਦਾ ਟਾਈਟਲ ਬਣਾਇਆ ਵੀ ਰੁਤਬੇ ਨਾਲ ਰਿਸ਼ਤੇ ਨਹੀਂ ਨਿਭਦੇ। ਜੇ ਨਿਭਦੇ ਹੁੰਦੇ ਤਾਂ ਮੈਂ ਕਹਿੰਦਾ ਫਿਰ IS IPS ਵਾਲੇ ਸਭ ਤੋਂ ਵੱਧ ਤਲਾਕ ਵੀ ਹੋ ਰਹੇ ਆ। ਇਹਦਾ ਕਾਰਨ ਕੀ ਆ ਯਾਰ, ਤਲਾਕ ਨੂੰ ਮਜ਼ਾਕ ਬਣਾ ਕੇ ਧਰਤਾ ਸਮਾਜ ਨੇ। ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਅਸੀਂ ਕੀ ਆ ਲਾਮਾ ਲੈਂਦੇ ਹਾਂ ਅਤੇ ਕਮਿਟਮੈਂਟ ਕਰਦੇ ਹਾਂ, ਉਸੇ ਗੁਰੂ ਨੂੰ ਅਸੀਂ ਕੀ ਆ ਫਿਰ ਧੋਖਾ ਦਿੰਦੇ ਹਾਂ, ਗੁਰੂ ਤੋਂ ਬੇਮੁੱਖ ਹੁੰਦੇ ਹਾਂ। ਮਸਲਾ ਦੋਸਤੋ ਰਿਸ਼ਤਿਆਂ ਦੇ ਟੁੱਟਣ ਦਾ, ਜਿਹੜੇ ਘਰ 'ਚ ਵੀ ਕੋਈ ਰਿਸ਼ਤੇ ਟੁੱਟ ਰਹੇ ਆ ਇਹਨਾਂ ਗੱਲਾਂ 'ਤੇ ਗੌਰ ਕਰਿਓ। ਜਿਹਦੀ ਕੋਈ ਧੀ ਘਰੇ ਬੈਠੀ ਆ ਉਹਨੂੰ ਪੁੱਛ ਕੇ ਦੇਖਿਓ, ਜਿਹਦੀ ਭੈਣ ਘਰੇ ਬੈਠੀ ਆ ਉਹਨੂੰ ਪੁੱਛ ਕੇ ਦੇਖੋ, ਅਤੇ ਉਹਨਾਂ ਨੂੰ ਬੇਨਤੀ ਕਰਦੇ ਹਾਂ। ਫੋਕੀ ਇੱਕੋ ਹੁੰਦੀ ਆ ਜਿਹਦੇ ਕਰਕੇ ਕੀ ਆ ਸਾਡੇ ਘਰ ਉੱਜੜੀ ਜਾਂਦੇ ਆ। ਸਭ ਤੋਂ ਵੱਡੀ ਗੱਲ ਕੀ ਆ, ਪਿਛਲੇ ਟਾਈਮ 'ਚ ਸੈਂਕੜੇ ਕੁੜੀਆਂ ਦੋਸਤੋ ਤੋਰੀਆਂ ਭੈਣਾਂ ਬਣਾ ਕੇ ਤੋਰਦੇ ਆ। ਅਕਸਰ ਕੀ ਆ ਗੱਲ ਕਰਦੇ ਆ ਬਾਈ ਸਾਡੇ ਨਾਲ ਮੇਜਰ ਆ, ਜ਼ਿਆਦਾ ਕੀ ਆ ਉਹ ਇਹਨਾਂ ਗੱਲਾਂ ਦੇ ਵਿੱਚ ਕੀ ਆ ਹੈਂਡਲ ਕਰਦਾ, ਕਿਉਂਕਿ ਉਹਦੀ ਕਾਉਂਸਲਿੰਗ ਬੜੀ ਜ਼ਬਰਦਸਤ ਆ। ਬਾਈ ਦਾ ਨੰਬਰ 98785 7023। ਇਸ ਨੰਬਰ 'ਤੇ ਅਕਸਰ ਕੀ ਆ ਕੁੜੀਆਂ ਦੇ ਮਾਂ ਪਿਓ ਫੋਨ ਕਰਦੇ ਆ, ਮੁੰਡੇ ਵਾਲੇ ਫੋਨ ਕਰ ਦਿੰਦੇ ਆ, ਜਿਹੜਾ ਘਰ ਵਸਾਉਣਾ ਚਾਹੁੰਦਾ ਇੱਕ ਪਾਸਾ ਵੀ ਫੋਨ ਕਰਦੇ, ਤਾਂ ਅਸੀਂ ਕੋਸ਼ਿਸ਼ ਕਰਦੇ ਹਾਂ ਸਭ ਤੋਂ ਪਹਿਲਾਂ ਅਸੀਂ ਇੱਕੋ ਗੱਲ ਦੇਖਦੇ ਹਾਂ ਕਿ ਉੱਥੇ ਕੋਈ ਕਰੈਕਟਰ ਦਾ ਮੈਟਰ ਨਾ ਹੋਵੇ, ਕਿਰਦਾਰ ਨਾ ਗੰਦਾ ਹੋਵੇ, ਜਾਂ ਲੜਕੀ ਜਾਂ ਲੜਕੇ ਦਾ। ਜਿੱਥੇ ਕਿਰਦਾਰ ਦਾ ਮਸਲਾ ਹੈ ਨਹੀਂ, ਉੱਥੇ ਦੂਜਾ ਮਸਲਾ ਦੋਸਤੋ ਈਗੋ ਦਾ ਆ ਜਾਂਦਾ। ਇਹ ਜਿਹੜਾ ਰਿਸ਼ਤਾ ਹੁਣ ਕੀ ਆ ਟੁੱਟਿਆ, ਟੁੱਟਿਆ ਨਹੀਂ ਦੋ ਘਰ ਉੱਜੜੇ ਆ, ਉਹਦਾ ਸਭ ਤੋਂ ਵੱਡਾ ਕਾਰਨ ਕੀ ਆ, ਸਿਰਫ ਉਹਨਾਂ ਨੂੰ ਕੋਈ ਕੀ ਆ ਵਿਚਕਾਰਲਾ ਜਿਹੜਾ ਵਿਚੋਲਾ ਕੋਈ ਚੱਜਦਾ, ਉਹਨਾਂ ਨੂੰ ਹਮਦਰਦ ਨਹੀਂ ਮਿਲਿਆ ਇਸ ਰਿਸ਼ਤੇ ਨੂੰ ਸਿਰੇ ਲਾਉਣ ਨਾਲ। ਹਮਦਰਦ ਮਿਲ ਜਾਂਦਾ ਤਾਂ ਮੇਰੇ ਖਿਆਲ 'ਚ ਕੀ ਆ ਡਿਵੋਰਸ ਵੀ ਕੀ ਆ ਤਰੀਕੇ ਨਾਲ ਹੋ ਜਾਂਦਾ, ਜਾਂ ਕੀ ਹੋ ਸਕਦਾ ਘਰ ਹੀ ਬਸ ਜਾਂਦਾ। ਰੌਲਾ ਇਹ ਆ ਕਿ ਅਕਸਰ ਦੋਸਤੋ ਘਰ ਜਦੋਂ ਰੌਲਾ ਪੈਂਦਾ ਨਾ, ਪੰਚਾਇਤਾਂ ਆਉਂਦੀਆਂ ਨੇ, ਇੱਕ ਕੁੜੀ ਵਾਲਿਆਂ ਦੀ ਪੰਚਾਇਤ ਹੁੰਦੀ ਆ, ਇੱਕ ਮੁੰਡੇ ਵਾਲਿਆਂ ਦੀ ਪੰਚਾਇਤ ਹੁੰਦੀ ਆ। ਮੁੰਡੇ ਵਾਲੀ ਪੰਚਾਇਤ ਮੁੰਡੇ ਦਾ ਪੱਖ ਲੈਂਦੀ ਆ, ਕੁੜੀ ਵਾਲੀ ਪੰਚਾਇਤ ਕੁੜੀ ਦਾ ਹੀ ਪੱਖ ਲੈਂਦੀ ਆ, ਸਾਂਝੀ ਗੱਲ ਕਰਨ ਵਾਲਾ ਕੋਈ ਹੁੰਦਾ ਨਹੀਂ ਤੇ ਰੌਲਾ ਵੱਧਦਾ ਵੱਧਦਾ ਫਿਰ ਤਲਾਕ। ਸਾਡੇ ਗੁਆਂਢੀ ਪਿੰਡ ਦਾ, ਮੈਂ ਪਿੰਡ ਦਾ ਨਾਂ ਨਹੀਂ ਲੈਂਦਾ, ਉੱਥੋਂ ਦਾ ਸਰਪੰਚ ਹੁੱਬ ਕੇ ਕਹਿੰਦਾ ਪਿਛਲੇ, ਕਹਿੰਦਾ ਕੀ ਆ 2 ਸਾਲਾਂ ਦੇ ਵਿੱਚ ਕਹਿੰਦਾ ਮੈਂ ਘੱਟੋ ਘੱਟ 30 ਕੁੜੀਆਂ ਸਾਡੇ ਪਿੰਡ ਦੀਆਂ ਕਹਿੰਦਾ ਵੀ ਤਲਾਕ ਹੋ ਗਏ, ਕਹਿੰਦਾ ਰੌਲਿਆਂ 'ਚ ਮੈਂ ਜਾ ਕੇ ਆਇਆ। ਮੈਂ ਕਿਹਾ ਇੱਕ ਵੀ ਘਰ ਵਸਾਇਆ। ਮੂਹਤਵਰ ਵੀ ਸਾਡੇ ਇਹੋ ਜਿਹੇ ਹੋ ਗਏ ਦੋਸਤੋ, ਕੀ ਆ ਦੋਨਾਂ ਪਾਸੇ ਜਾ ਕੇ ਫਿਰ ਹੱਥ ਨੇ ਕੀ ਉਸੇ ਕੁੜੀ ਦਾ ਘਰ ਜਾੜ ਕੇ ਆ ਕੇ ਉਹਨਾਂ ਦੇ ਘਰੇ ਬਹਿ ਕੇ ਸ਼ਰਾਬ ਵੀ ਪੀਂਦੇ ਆ ਤੇ ਦਾਰੂ ਹੱਥ ਨੇ ਬੋਤਲਾਂ ਪੀਂਦੇ ਆ। ਸ਼ਰਮ ਆਉਣੀ ਚਾਹੀਦੀ ਆ, ਸਮਾਜ ਜਾ ਕਿੱਧਰ ਨੂੰ ਰਿਹਾ। ਰੌਲਾ ਮਤਲਬ ਦੋਸਤੋ ਇਹੀ ਆ। ਹੁਣ ਗੱਲਾਂ ਮੁੱਟ ਗਈਆਂ, 2-3 ਗੱਲਾਂ ਕੀ ਆ ਮੀਡੀਆ 'ਚ ਚੱਲੀ ਜਾਂਦੀਆਂ। ਕਹਿੰਦੇ ਸਭ ਤੋਂ ਪਹਿਲਾਂ ਜਿਹੜੀ ਗੱਲ ਕੀਤੀ ਜਾਂਦੀ ਆ, ਕਹਿੰਦੇ ਜੀ ਇਹਨਾਂ ਨੇ ਦੋਨਾਂ ਨੇ ਇੱਕ ਦੂਜੇ ਦੇ ਪਰਚੇ ਕਰਾਏ ਤੇ ਪੁਲਿਸ ਨੇ ਦੋਨਾਂ ਪਾਸਿਓਂ ਕੀ ਆ ਪੈਸਾ ਖਾਧਾ। ਹੋ ਬੇਸ਼ੱਕ ਪੁਲਿਸ ਮੁਲਾਜ਼ਮ ਸੀ, ਦੋਨਾਂ ਦੇ ਵਿੱਚੋਂ ਕੀ ਆ ਕੋਈ ਇੱਕ ਬੰਦਾ ਵੀ ਹਮਦਰਦੀ ਵਾਲਾ ਕੋਈ ਚੰਗਾ ਵਿੱਚ ਅਫਸਰ ਹੁੰਦਾ ਤਾਂ ਹੋ ਸਕਦਾ ਕੀ ਆ ਕੋਈ ਨੇੜਤਾ ਬਣਾ ਲੈਂਦਾ, ਕੋਸ਼ਿਸ਼ ਕਰ ਲੈਂਦਾ, ਪਰ ਦੋਨਾਂ ਪਾਸੇ ਜਿਵੇਂ ਕੀ ਆ ਉਂਗਲਾਂ ਲੱਗੀਆਂ ਨੇ ਤੇ ਜੋ ਕੁਛ ਹੋਇਆ, ਜਿਵੇਂ ਕਹਿੰਦੇ ਪਹਿਲਾਂ ਮੁੰਡੇ ਦੇ SC ਸਰਟੀਫਿਕੇਟ ਦਾ ਰੌਲਾ ਪਾਲਿਆ ਉਹਨਾਂ ਨੇ, ਉਹਦੇ 'ਤੇ ਕੀ ਐਲੀਗੇਸ਼ਨ ਲਾਇਆ, ਉਹ ਮੁੰਡੇ ਦੀ ਨੌਕਰੀ ਜਾਣ ਤੱਕ ਦਾ ਕੀ ਆ ਮਸਲਾ ਬਣਿਆ।
ਕਹਿੰਦੇ ਪਿਓ ਨੇ ਕਿਹਾ, ਕੁੜੀ ਦੇ ਪਿਓ ਨੇ ਜਿਹਨੇ ਕੀ ਆ ਮਰਡਰ ਕੀਤਾ, ਉਹ ਕਹਿੰਦਾ ਵੀ ਕੀ ਅਸੀਂ ਸਰਟੀਫਿਕੇਟ ਜਾਲੀ ਬਣਿਆ ਜੀ, ਸਰਟੀਫਿਕੇਟ ਉਹਦੇ ਚੈੱਕ ਕਰਾਉਣ ਲੱਗ ਗਿਆ। ਮੈਂ ਕਹਿੰਦਾ ਪਹਿਲਾਂ ਦੇਖਣਾ ਚਾਹੀਦਾ, ਇੱਕੋ ਗੱਲ ਸਮਝਣ ਵਾਲੀ ਆ, ਰਿਸ਼ਤਾ ਕਰਨ ਤੋਂ ਪਹਿਲਾਂ ਕੁੜੀ ਦਾ ਤਾਂ ਤੁਸੀਂ ਪਹਿਲਾਂ ਇਹ ਚੀਜ਼ਾਂ ਕੀ ਆ ਵਾਚਣ ਦੀ ਲੋੜ ਆ, ਜਿਹਦੇ ਪਿੱਛੇ ਬਾਅਦ 'ਚ ਬਟਿੱਟ ਪੈਂਦੇ ਆ। ਪਹਿਲਾਂ ਦੇਖ ਲਓ ਜੇ ਨੌਕਰੀ ਲੱਗਾ ਕਿੰਨਾ ਔਖਾ ਦੋਸਤ। ਅਸੀਂ ਕੀ ਆ ਗੱਡੀ ਜਾਂ ਪਸ਼ੂ ਲੈਣ ਲੱਗੇ ਵੀ ਰਵਾ ਦੇਖਦੇ ਹਾਂ, ਰਵਾ ਦੇਖਣ ਦੀ ਵੀ ਲੋੜ ਹੁੰਦੀ ਆ। ਅਕਸਰ ਕੀ ਉਹ ਚੈੱਕ ਹੋਣੋਂ ਹਟ ਗਏ, ਇਕੱਲਾ ਰੁਤਬਾ ਦੇਖਿਆ ਗਿਆ। ਰੁਤਬਾ ਦੇਖ ਕੇ ਕਹਿੰਦੇ ਉਹਦੇ ਘਰੇ ਜਾ ਕੇ, ਹੁਣ ਉਹਦੀ ਜਿਹੜੀ ਕੁੜੀ ਦੇ ਮਾਂ ਪਿਓ ਨੇ, ਆਪਣੇ ਸੋਰੀ ਮੁੰਡੇ ਦੇ ਮਾਂ ਪਿਓ ਨੇ, ਉਹ ਕਹਿੰਦੇ ਸਾਡੇ ਘਰੇ ਰਿਸ਼ਤਾ ਆਪ ਲੈ ਕੇ ਚੱਲ ਕੇ ਆਏ ਸੀ ਏਆਈ ਜੀ ਜਿਹੜਾ ਸੀਗਾ, ਉਹਨੇ ਆ ਕੇ ਸਾਡੇ ਮੁੰਡੇ ਤੇ ਪ੍ਰੈਸ਼ਰ ਪਾਇਆ। ਕੁੜੀ ਦੇ ਉਮਰ ਦਾ ਗੈਪ ਸੀ, ਇਹ ਵੀ ਇੱਕ ਕਾਰਨ ਹੋ ਸਕਦਾ ਰਿਸ਼ਤੇ ਦੇ ਵਿੱਚ ਕੀ ਆ ਫ੍ਰਿਕਸ਼ਨ ਬਣਨ ਦਾ, ਠੀਕ ਹੈ, ਉਹਨਾਂ ਦਾ ਮੇਲ ਨਾ ਭਿੜਿਆ ਹੋਵੇ। ਹੁਣ ਜਿਹੜਾ ਗੈਪ ਸੀਗਾ ਮਾਂ ਕੀ ਉਮਰ ਦੇ ਵਿੱਚ, ਉਹਨੂੰ ਕਹਿੰਦੇ ਕੁੜੀ ਦੇ ਪਿਓ ਨੇ ਕੀ ਆ ਮੁੰਡੇ ਨੂੰ ਲਾਲਚ ਦਿੱਤਾ, ਕਹਿੰਦਾ ਮੈਂ ਵੀ ਇੱਕ ਵੱਡਾ ਪੁਲਿਸ ਅਫਸਰ ਹਾਂ, ਤੂੰ ਵੀ ਕੀ ਆ IRS ਹੈਗਾ, ਤਾਂ ਕਹਿੰਦਾ ਮੈਂ ਕੀ ਆ ADGP ਤੱਕ ਰਿਟਾਇਰ ਹੂੰ। ਕਹਿੰਦੇ ਵੀ ਇਹ ਗੱਲਾਂ ਕਹੀਆਂ ਗਈਆਂ, ਕਹਿ ਰਹੇ ਨੇ ਜਿਹੜੀਆਂ ਗੱਲਾਂ ਮੀਡੀਆ ਛਾਲ ਰਿਹਾ, ਤੇ ਮੈਂ ਕਹਿੰਦਾ ਰੁਤਬੇ ਦੀ ਗੱਲ ਕੀਤੀ ਗਈ, ਤੇ ਕਹਿੰਦੇ ਰੁਤਬੇ ਕਰਕੇ ਫਿਰ ਕੀ ਆ ਰਿਸ਼ਤਾ ਕਹਿੰਦੇ ਸਿਰੇ ਲੱਗ ਗਿਆ। ਰੁਤਬੇ ਨਾਲ ਰਿਸ਼ਤੇ ਨਹੀਂ ਨਿਭਦੇ, ਰਿਸ਼ਤੇ ਨਿਭਦੇ ਕਾਹਦੇ ਨਾਲ ਆ ਦੋਸਤੋ, ਹਲੀਮੀ ਦੇ ਨਾਲ ਨਿਭਦੇ ਆ। ਜਿਹੜੇ ਮਾਂ ਪਿਓ ਪਹਿਲਾਂ ਕੀ ਆ ਸੰਸਕਾਰ ਦਿੰਦੇ ਸੀ, ਸਭ ਤੋਂ ਵੱਡੀ ਤਰਾਸਦੀ ਕੀ ਆ ਸਾਡੀਆਂ ਕੀ ਆ ਔਰਤਾਂ ਦੇ ਨਾਲ ਪਿਛਲੇ ਟਾਈਮ 'ਚ ਜਿਹੜਾ ਧੱਕਾ ਹੋਇਆ, ਉਹਦੇ ਕਰਕੇ ਕੀ ਆ ਜਿਹੜੇ ਅੱਜ ਕੀ ਆ ਮਾਵਾਂ ਨੇ ਸਭ ਤੋਂ ਵੱਧ ਜਿਹੜਾ ਬਟਿੱਟ ਪੈ ਰਿਹਾ ਰਿਸ਼ਤਿਆਂ 'ਚ, 90% ਰਿਸ਼ਤਿਆਂ ਦੇ ਵਿੱਚ ਰੌਲਾ ਕੁੜੀ ਦੇ ਮਾਂ ਜਾਂ ਮੁੰਡੇ ਦੀ ਕੀ ਆ ਮਾਂ ਵੱਲੋਂ ਹੁੰਦਾ, ਮਸਲਾ ਉੱਥੇ ਆ ਕੇ ਖੜ ਜਾਂਦਾ। ਰੌਲੇ ਇਹ ਆ ਕੇ ਕੀ ਆ ਦੋਨਾਂ ਨੇ ਗੁਲਾਮੀ ਕੀ ਆ ਪਹਿਲਾਂ ਝੱਲੀ ਆ, ਸਾਡੇ ਮਾਂ ਪਿਓ ਨੇ ਜਿਹੜੇ ਹੈਗੇ, ਸਾਡੇ ਪਿਓ ਨੇ, ਸਾਡੇ ਦਾਦੇ ਨੇ, ਉਹਨਾਂ ਨੇ ਵੀ ਔਰਤਾਂ ਨੂੰ ਕੀ ਆ ਨੀਵਾਂ ਦਰਜਾ ਸਮਝ ਕੇ ਉਹਨਾਂ 'ਤੇ ਕੀ ਆ ਦਬਸ਼ ਪਾਉਣ ਦੀ ਕੋਸ਼ਿਸ਼ ਕੀਤੀ ਆ। ਉਹ ਦਬਸ਼ ਝੱਲਣ ਵਾਲੀਆਂ ਜਿਹੜੀਆਂ ਮਾਵਾਂ ਨੇ ਨਾ, ਉਹ ਆਪਣੀਆਂ ਕੁੜੀਆਂ ਨੂੰ ਇੱਕ ਗੱਲ ਕਹਿੰਦੀਆਂ ਨੇ ਵੀ ਤੈਨੂੰ ਝੱਲਣ ਦੀ ਲੋੜ ਨਹੀਂ, ਮੈਂ ਬੈਠੀ ਹਾਂ। ਪਰ ਮੈਂ ਇੱਕ ਗੱਲ ਕਹਿਣਾ ਉਹਨਾਂ ਮਾਵਾਂ ਨੂੰ, ਉਹਨਾਂ ਨੇ ਸਿੱਕੇ ਦਾ ਦੂਜਾ ਪਾਸਾ ਨਹੀਂ ਦੇਖਿਆ, ਕਿਉਂਕਿ ਉਹਦਾ ਵੱਸ ਗਈਆਂ, ਭਾਵੇਂ ਕੁੱਟ ਖਾਧੀ, ਭਾਵੇਂ ਕੁਛ ਕੀਤਾ, ਭਾਵੇਂ ਹਲੀਮੀ ਨਾਲ, ਪਰ ਅੱਜ ਤਾਂ ਕੁੱਟ ਖਾਣ ਦੀ ਵੀ ਲੋੜ ਨਹੀਂ, ਕਾਨੂੰਨ ਬੜਾ ਜ਼ਬਰਦਸਤ ਹੈਗਾ, ਬੜੇ ਤਰੀਕੇ ਹੈਗੇ ਆ। ਪਰ ਉਹ ਮਾਵਾਂ ਫਿਰ ਕੀ ਕਰਦੀਆਂ ਨੇ, ਛੱਡ ਛੜਾਈ ਤੱਕ ਆਪ ਕੀ ਆਪਣੀਆਂ ਕੁੜੀਆਂ ਦੇ ਧੀਆਂ ਦੇ ਰਿਸ਼ਤੇ ਲੈ ਕੇ ਜਾਂਦੀਆਂ ਨੇ। ਉਹਨਾਂ ਨੇ ਆਪ ਜਿਹੜਾ ਬਰਦਾਸ਼ਤ ਕੀਤਾ, ਉਸੇ ਸੇਕ ਨੂੰ ਫਿਰ ਕੁੜੀ ਰਾਹੀਂ ਕੱਢਣ ਦੀ ਕੋਸ਼ਿਸ਼ ਕਰਦੀਆਂ ਨੇ, ਤੇ ਆਪਦੀ ਕੁੜੀ ਦਾ ਘਰ ਪੱਟ ਬਹਿੰਦੀਆਂ ਨੇ। ਉਹਨਾਂ ਨੇ ਦੂਜਾ ਪਾਸਾ ਤਾਂ ਦੇਖਿਆ ਨਹੀਂ ਨਾ, ਉਹ ਬਾਅਦ 'ਚ ਕੀ ਵਾਪਰਦਾ। ਅਸੀਂ ਗੱਲ ਕੀ ਕਰਦੇ ਹਾਂ ਦੋਸਤੋ, ਜਿੱਥੇ ਵੀ ਹੁੰਦਾ ਸਾਡੇ ਇੱਥੇ ਗੁਰੂ ਘਰ ਹੈਗਾ ਮਸਤੂਆਣਾ ਸਾਹਿਬ ਪਵਿੱਤਰ ਥਾਂ, ਉੱਥੇ ਬਿਠਾ ਕੇ ਅਸੀਂ ਇੱਕੋ ਗੱਲ ਪੁੱਛਦੇ ਹੁੰਦੇ ਹਾਂ, ਕਿਉਂਕਿ ਸਾਡਾ ਨਾ ਕੁੜੀ ਵਾਲਿਆਂ ਨਾਲ ਲਾਗਾ ਦੇਗਾ ਨਾ ਮੁੰਡਿਆਂ ਨਾਲ ਹੁੰਦਾ। ਅਸੀਂ ਬਿਠਾ ਕੇ ਇੱਕ ਗੱਲ ਪੁੱਛਦੇ ਹਾਂ, ਕੁੜੀ ਨੂੰ ਵੀ ਪੁੱਛ ਲੈਂਦੇ ਹਾਂ ਵੀ ਮੁੰਡੇ 'ਚ ਕੋਈ ਗੁਣ ਹੈ, ਜੇ ਇੱਕ ਵੀ ਗੁਣ ਕੋਈ ਗਣਾ ਦੇ ਕੁੜੀ ਤਾਂ ਉੱਥੇ ਕੀ ਆ 100% ਕੀ ਆ ਪੈਚਅਪ ਹੋ ਜਾਂਦਾ, ਤੇ ਮੁੰਡੇ ਨੂੰ ਵੀ ਕੀ ਇਹੀ ਪੁੱਛਦੇ ਆ। ਜੇ ਇੱਕ ਵੀ ਗੁਣ ਕੀ ਆ ਮੁੰਡਾ ਕਹਿ ਦਿੰਦਾ ਤਾਂ ਉਦੋਂ ਬਾਅਦ ਕੀ ਆ ਮਸਲੇ ਇਕੱਲੇ ਈਗੋ ਦੇ ਰਹਿ ਜਾਂਦੇ ਆ, ਤੇ ਇਕੱਲੀ ਈਗੋ ਆ ਜਿਹੜੀ ਸਾਡੇ ਘਰ ਬਰਬਾਦ ਕਰੀ ਜਾਂਦੀ ਆ। ਇੱਕ ਈਗੋ ਨੂੰ ਛੱਡ ਕੇ ਹੁਣ ਇਹ ਦੋਨੇ ਜਿਹੜੇ ਘਰ ਬਰਬਾਦ ਹੋਏ ਆ ਇੱਕ ਈਗੋ ਦੇ ਮਸਲੇ ਦੇ ਉੱਤੇ, ਆ ਕੇ ਕਿੱਥੋਂ ਤੱਕ ਘਰ ਅੱਪੜ ਗਿਆ, ਨਾ ਤਾਂ ਉਹਨਾਂ ਦਾ ਪੁੱਤ ਰਿਹਾ ਤੇ ਨਾ ਕੀ ਆ ਉਹ ਬੰਦਾ ਵਸਦਿਆਂ 'ਚ ਰਿਹਾ, ਨਾ ਉਹਦੀ ਧੀ ਵਸਦਿਆਂ 'ਚ ਰਹੀ ਆ। ਬੜੇ ਛੋਟੇ ਛੋਟੇ ਮਸਲੇ ਨੇ ਦੋਸਤੋ, ਪਰ ਤਲਾਕ ਨੂੰ ਜਿਹੜਾ ਅਸੀਂ ਮਜ਼ਾਕ ਬਣਾ ਰੱਖਿਆ, ਇਸ ਮਜ਼ਾਕ ਨੂੰ ਕੀ ਆ ਕੱਲ੍ਹ ਨੂੰ ਸਾਡੀ ਵੀ ਧੀ ਹੈਗੀ ਆ, ਸਾਡੇ ਵੀ ਭੈਣਾਂ ਹੈਗੀਆਂ ਨੇ, ਸਾਡੇ ਨਾਲ ਇਹ ਚੀਜ਼ਾਂ ਵਾਪਰਨੀਆਂ ਨੇ, ਤੇ ਇਹਨਾਂ ਚੀਜ਼ਾਂ ਨੂੰ ਹੈਂਡਲ ਕਰਨ ਵਾਸਤੇ ਬੜੇ ਤਰੀਕੇ ਨੇ। ਉਹਨਾਂ ਟਾਈਮ 'ਚ ਨਾ ਤੁਹਾਡੇ ਨਾਲ ਕੁਛ ਮੈਂ ਕੇਸ ਸਾਂਝੇ ਕਰਾਂਗੇ ਜਿਹੜੇ ਕਿ ਅਸੀਂ ਕੁੜੀਆਂ ਤੋਰੀਆਂ ਨੇ, ਕੁੜੀਆਂ ਵਸਾਈਆਂ ਨੇ। ਸਾਇੰਟਿਸਟ ਕੁੜੀ ਆ ਆਸਟ੍ਰੇਲੀਆ ਦੇ ਵਿੱਚ ਜਿਹੜੀ, ਬਾਈ ਮੇਜਰ ਨੇ ਕਾਉਂਸਲਿੰਗ ਕਰਕੇ ਕੀ, ਉਦੋਂ ਬਾਅਦ ਸਾਡੀ ਸਾਰੀ ਟੀਮ ਨੇ ਦੋਨਾਂ ਪਾਸੇ ਕਾਉਂਸਲਿੰਗ ਕਰਕੇ ਕੀ ਉਹ ਕੁੜੀ ਵਸਾਈ ਆ, ਸਾਇੰਟਿਸਟ ਆ ਕੁੜੀ ਅੱਜ ਆਸਟ੍ਰੇਲੀਆ ਦੇ ਵਿੱਚ। ਦੋਨੇ ਪਾਸੇ ਪੜ੍ਹੇ ਲਿਖੇ ਪਰਿਵਾਰ ਸੀ, ਦਿੱਲੀ ਰਹਿੰਦੇ ਸੀ। ਮਸਲਾ ਇਕੱਲਾ ਛੋਟੀ ਜਿਹੀ ਈਗੋ ਦਾ ਸੀ ਜਾਂ ਪਰਿਵਾਰ ਦੀ ਕੀ ਇੰਟਰਫੇਰੈਂਸ ਦਾ ਸੀ, ਪਰ ਮਾਂ ਪਿਓ ਨੂੰ ਵੀ ਸਮਝਣਾ ਚਾਹੀਦਾ ਕਿ ਤੁਹਾਡੇ ਪੁੱਤ ਦਾ ਪਰਿਵਾਰ ਵੀ ਅੱਗੇ ਸ਼ੁਰੂ ਹੋਣਾ। ਉਹਦਾ ਕੀ ਆ, ਬੱਚੇ ਨੇ, ਉਹਦੀ ਘਰਵਾਲੀ ਆ, ਉਹ ਉਹਦਾ ਅਸਲ ਪਰਿਵਾਰ ਹੈ ਜਿਹੜਾ ਹੈ। ਮਾਂ ਪਿਓ ਵੀ ਪਰਿਵਾਰ ਦਾ ਹਿੱਸਾ ਨੇ, ਪਰ ਕੀ ਆ ਸਭ ਤੋਂ ਪਹਿਲਾਂ ਪ੍ਰਾਇਓਰਟੀ ਕੀ ਹੁੰਦੀ ਆ, ਉਹ ਪ੍ਰਾਇਓਰਟੀ ਸਾਨੂੰ ਕੀ ਆ ਮਿਥਣੀਆਂ ਪੈਣਗੀਆਂ, ਤੇ ਮਾਂ ਪਿਓ ਨੂੰ ਵੀ ਸਮਝ ਬਣਾਉਣੀ ਪਊਗੀ। ਬੜੇ ਮਸਲਿਆਂ ਦੇ ਵਿੱਚ 90% ਮਸਲਿਆਂ 'ਚ ਕੀ ਆ ਔਰਤਾਂ ਦੇ ਵਿੱਚ ਕੀ ਆ ਕੋਈ ਨਾ ਕੋਈ ਬਟਿੱਟ ਹੁੰਦੀ ਆ, ਰੌਲਾ ਹੁੰਦਾ, ਤੇ ਰਿਸ਼ਤਿਆਂ ਨੂੰ ਬੜੇ ਸਲੀਕੇ ਨਾਲ ਹੈਂਡਲ ਕੀਤਾ ਜਾ ਸਕਦਾ। ਤੇ ਮੈਂ ਤੁਹਾਨੂੰ ਇੱਕੋ ਗੱਲ ਕਹਿਣਾ ਕਿ ਜਿਹੜਾ ਇਹ ਮਾਂ ਕੇ ਹੋਈ ਆ ਘਟਨਾ,
ਇਹਦੇ ਵਿੱਚੋਂ ਕੀ ਆ, ਇਕੱਲੇ ਤਮਾਸ਼ਵੀਨ ਬਣ ਕੇ ਇਕੱਲਾ ਤਮਾਸ਼ਾ ਦੇਖ ਕੇ ਨਾ ਛੱਡ ਦਿਓ। ਇਹ ਜੋ ਗੱਲ ਸਮਝਿਓ ਕਿ ਵੱਡੇ ਫਰਕ ਕਿਹੜੀ ਗੱਲਾਂ ਸੀ, ਕੋਈ ਉਮਰ ਦਾ ਫਰਕ ਸੀ, ਅਹੁਦਿਆਂ ਕਰਕੇ ਕੋਈ ਰਿਸ਼ਤਾ ਹੋਇਆ। ਅਸਲ ਦੇ ਵਿੱਚ ਦੋਸਤੋ ਪਿਛਲੇ ਟਾਈਮ ਦੇ ਵਿੱਚ ਸਾਈਕੋਲੋਜਿਸਟਾਂ ਨਾਲ ਬੜਿਆਂ ਨਾਲ ਰਹਿੰਦੇ ਆ ਜਿਹੜੇ ਡਰੱਗ ਉੱਤੇ ਕੰਮ ਕਰਦੇ ਆ, ਤੋ ਅਕਸਰ ਗੱਲਾਂ ਕਰਦੇ ਆ ਕਿ ਮੇਨਲੀ ਕੀ ਆ, ਤਿੰਨ ਤਰ੍ਹਾਂ ਦੇ ਦੁਨੀਆਂ 'ਚ ਬੰਦੇ ਨੇ, ਤਿੰਨ ਕੈਟਾਗਰੀਆਂ 'ਚ ਬੰਦੇ ਆ। ਮੇਨ ਤਾਂ 12 ਕੈਟਾਗਰੀਆਂ 'ਚ ਸਾਈਕੋਲੋਜੀ ਦੇ ਵਿੱਚ ਬੰਦੇ ਵੰਡੇ ਜਾਂਦੇ ਆ, ਪਰ ਤਿੰਨ ਮੇਜਰ ਕੈਟਾਗਰੀਆਂ, ਕਿ ਏ ਇੱਕ, ਬੀ ਤੇ ਇੱਕ ਸੀ। ਉਹਦੇ ਵਿੱਚ ਅੱਗੇ ਚਾਰ ਚਾਰ ਤਿੰਨ ਤਿੰਨ ਮਾ ਕੇ ਕੀ ਆ ਤਰ੍ਹਾਂ ਦੇ ਪਰਸਨੈਲਿਟੀਜ਼ ਆ ਜਾਂਦੀਆਂ ਨੇ। ਅਸੀਂ ਅਕਸਰ ਕੀ ਕਰਦੇ ਹਾਂ, ਜਨਮ ਪੱਤਰੀਆਂ ਮਿਲਾਉਣ ਲੱਗ ਜਾਂ, ਜਨਮ ਪੱਤਰੀਆਂ ਨਾਲ ਵੀ ਜ਼ਰੂਰੀ ਦੋਸਤੋ, ਅਸਲ ਦੇ ਵਿੱਚ ਕੀ ਆ, ਬੰਦੇ ਦੀ ਪਰਸਨੈਲਿਟੀ ਮਿਲਾਉਣੀ ਜ਼ਰੂਰੀ ਆ। ਏ ਕੈਟਾਗਰੀ ਦੇ ਵਿੱਚ ਕੀ ਆ, ਜਿਹੜੀਆਂ ਮੇਨ ਤਿੰਨ ਮਾ ਕੇ ਪਰਸਨੈਲਿਟੀਜ਼ ਆਉਂਦੀਆਂ, ਉਹ ਤਿੰਨੇ ਮਨੀ ਮਾਈਂਡਡ ਲੋਕ ਆ ਜਾਂਦੇ ਆ। ਬੀ ਕੈਟਾਗਰੀ ਜਿਹੜੇ ਲੋਕ ਆ ਜਾਂਦੇ ਆ, ਉਹ ਮੇਨਲੀ ਕਿਹੜੇ ਆ ਜਾਂਦੇ ਆ, ਈਗੋ ਸੰਟੋਨਿਕ ਬੰਦੇ ਹੁੰਦੇ ਆ, ਕ੍ਰਿਮੀਨਲ ਮਾਈਂਡਡ ਬੰਦੇ ਹੁੰਦੇ ਆ। ਜ਼ਿਆਦਾਤਰ ਕੀ ਆ, ਸਮਾਜ ਅੱਜ ਉਸ ਵਿੱਚ ਪ੍ਰਵੇਲ, ਉਹਦੇ ਵਿੱਚ ਵਿਚਰਦਾ ਜ਼ਿਆਦਾ ਸਮਾਜ। ਅਤੇ ਸੀ ਦੇ ਵਿੱਚ ਕੀ ਆ, ਕੋਮਲ ਦਿਲ ਬੰਦੇ ਆ ਜਾਂਦੇ ਆ, ਰਾਈਟਰ ਆ ਜਾਂਦੇ ਆ, ਕੋਈ ਚਿੱਤਰਕਾਰ ਆ ਜਾਂਦੇ ਆ, ਜਿਹੜੇ ਸੋਝ ਮਾ ਕੇ ਸੋਲ ਦਿਲ ਵਾਲੇ ਬੰਦੇ ਨੇ, ਸੋਫਟ ਹਾਰਟਡ ਬੰਦੇ ਨੇ। ਜੇ ਬੀ ਕੈਟਾਗਰੀ ਦਾ ਕਿਤੇ ਸੀ ਨਾਲ ਪੈਚਅਪ ਹੋ ਜੇ, ਰਿਸ਼ਤਾ ਹੋ ਜੇ ਨਾ, ਉਹ ਰਿਸ਼ਤਾ ਕੀ ਆ, ਬਹੁਤ ਔਖਾ ਕੀ ਆ ਜ਼ਿੰਦਗੀ 'ਚ ਨਿਭਾਇਆ ਜਾਂਦਾ, ਅਤੇ ਅਕਸਰ ਟੁੱਟੀ ਜਾਂਦਾ ਜ਼ਿਆਦਾਤਰ। ਏ ਕੈਟਾਗਰੀ ਦੇ ਜਿਹੜੇ ਮਨੀ ਮਾਈਂਡਡ ਲੋਕ ਨੇ, ਉਹ ਬੀ ਨਾਲ ਨਿਭ ਜਾਂਦੇ ਆ, ਕਿਉਂਕਿ ਮਨੀ ਮਾਈਂਡਡ ਹੁੰਦੇ ਆ। ਦੂਸਰੇ ਕੀ ਆ, ਬੀ ਕੈਟਾਗਰੀ ਦੇ ਵਿੱਚ ਜਿਹੜੀਆਂ ਪਰਸਨੈਲਿਟੀਜ਼ ਪਾਈਆਂ ਜਾਂਦੀਆਂ ਨੇ, ਈਗੋ ਸੰਟੋਨਿਕ ਜਾਂ ਹੋਰ ਕਈ ਤਰ੍ਹਾਂ ਦੇ ਬੰਦੇ ਹੁੰਦੇ ਆ, ਉਹਨਾਂ ਨਾਲ ਕੱਟ ਜਾਂਦੇ ਆ। ਪਰ ਸੀ ਕੈਟਾਗਰੀ ਸਭ ਤੋਂ ਵੱਧ ਸਾਡੇ ਸਮਾਜ 'ਚ ਸਫ਼ਰ ਕਰ ਰਹੀ ਆ। ਪਿਛਲੇ ਟਾਈਮ 'ਚ ਕੀ ਆ, ਸਾਡੇ ਬੜੇ ਕਲੋਜ਼ ਜਿਹੜੇ ਮਿੱਤਰ ਨੇ, ਉਹਨਾਂ ਦੇ ਬੱਚਿਆਂ ਨਾਲ ਇਹ ਘਟਨਾਵਾਂ ਵਾਪਰੀਆਂ ਨੇ। ਤੁਹਾਡੇ ਨਾਲ ਸਾਂਝੀਆਂ ਤਾਂ ਕਰਾਂਗੇ ਆਉਣ ਵਾਲੇ ਟਾਈਮ ਦੇ ਵਿੱਚ, ਤਾਂ ਕਿ ਤੁਹਾਨੂੰ ਵੀ ਰਿਸ਼ਤਿਆਂ ਦੇ ਵਿੱਚ ਉਹਨਾਂ ਕੜਵਾਹਟ ਦਾ ਪਤਾ ਲੱਗ ਜਾਵੇ ਅਤੇ ਕਿੱਥੇ ਫਰਕ ਪੈਂਦੇ ਆ। ਅਤੇ ਹੱਥ ਬੰਨ੍ਹ ਕੇ ਬੇਨਤੀ ਕਰਦਾ, ਧੀਆਂ ਪੁੱਤਾਂ ਦੇ ਰਿਸ਼ਤੇ ਕਰਨ ਤੋਂ ਪਹਿਲਾਂ, ਠੀਕ ਹੈ, ਗੌਰ ਨਾਲ ਬੜਾ ਕੁਝ ਬਚਣ ਦੀ ਲੋੜ ਹੁੰਦੀ, ਉਹ ਚੀਜ਼ਾਂ ਦੇਖਣੀਆਂ ਜ਼ਰੂਰੀ ਨੇ। ਅਤੇ ਸਭ ਤੋਂ ਵੱਡੀ ਗੱਲ, ਪਰਸਨੈਲਿਟੀ ਜ਼ਰੂਰ ਚੈੱਕ ਕਰਨੀ ਜ਼ਰੂਰੀ ਆ। ਨਿੱਕੇ ਨਿੱਕੇ ਟਿਪਸ ਨੇ, ਆਉਣ ਵਾਲੇ ਟਾਈਮ 'ਚ ਉਹ 12 ਪਰਸਨੈਲਿਟੀ ਦੀ ਤੁਹਾਡੇ ਨਾਲ ਗੱਲ ਕਰਾਂਗੇ ਕਿ ਕਿਹੜੀ ਪਰਸਨੈਲਿਟੀ ਕਿਹੜੇ ਨਾਲ ਕੀ ਆ ਨਿਭ ਸਕਦੀ ਆ। ਅਤੇ ਜੇ ਇੱਕ ਪਰਸਨੈਲਿਟੀ ਦੂਜੇ ਨਾਲ ਮੈਚ ਕੀ ਆ, ਗਲਤ ਮੇਚ ਬਣ ਜਾਂਦਾ, ਜਨਮਾਂ ਬਾਕੀ ਜਿਹੜੀਆਂ ਜਨਮ ਪੱਤਰੀਆਂ, ਇਹਦੇ ਨਾਲ ਨਹੀਂ ਰਿਸ਼ਤੇ ਨਿਭਦੇ, ਰਿਸ਼ਤੇ ਨਿਭਦੇ ਕੀ ਆ, ਤੁਹਾਡੇ ਸੁਭਾਅ ਨਾਲ। ਅਤੇ ਸੁਭਾਅ ਦੇ ਮੁਤਾਬਕ ਦੋਸਤੋ ਰਿਸ਼ਤਾ ਆਪਣੇ ਬੱਚੇ ਦਾ, ਮੈਂ ਕਹਿੰਦਾ ਕੁੜੀ ਦਾ ਵੀ ਆਪਦਾ ਸੁਭਾਅ ਮਾਂ ਪਿਓ ਨੂੰ ਪਤਾ ਹੁੰਦਾ ਵੀ ਕਿਹੋ ਜਿਹੇ ਬੰਦੇ ਨਾਲ ਨਿਭ ਸਕਦੀ ਆ, ਅਤੇ ਸਾਨੂੰ ਆਪਦੇ ਪੁੱਤ ਦਾ ਵੀ ਪਤਾ ਹੁੰਦਾ ਕਿ ਕਿਹੋ ਜਿਹੀ ਕੁੜੀ ਨਾਲ ਨਿਭ ਸਕਦਾ। ਅਤੇ ਅਸੀਂ ਭਾਲਦੇ ਕੀ ਹੁੰਦੇ ਹਾਂ, ਵੀ ਨਰਮ ਟੱਕਰ ਜੇ, ਕੂਨਾ ਟੱਕਰ ਜੇ ਕੋਈ ਨਾ ਕੋਈ ਰਿਸ਼ਤਾ ਜਿਹੜਾ ਸਾਡੀ ਨੂੰਹ ਜਾਂ ਉਹ ਹੋਵੇ। ਹੱਥ ਬੰਨ੍ਹ ਕੇ ਬੇਨਤੀ ਕਰਦਾ ਸਾਰਿਆਂ ਨੂੰ ਕਿ ਇਹਨਾਂ ਗੱਲਾਂ 'ਤੇ ਗੌਰ ਜ਼ਰੂਰ ਕਰਿਓ। ਅਤੇ ਜਿਹੜਾ ਸਮਾਜ ਤਮਾਸ਼ਮੀਨ ਬਣਿਆ, ਇਸ ਤਮਾਸ਼ਮੀਨ ਤੋਂ ਕੀ ਆ, ਜੇ ਬਾਹਰ ਨਿਕਲ ਕੇ, ਤੁਹਾਨੂੰ ਇੱਕੋ ਬੇਨਤੀ ਕਰਦਾ ਕਿ ਇੱਕ ਆਹੀ ਚੀਜ਼ ਤੁਹਾਡਾ ਘਰ ਬਰਬਾਦ ਕਰਦੀ ਆ, ਇਕੱਲੀ ਈਗੋ। ਇਹਨੂੰ ਛੱਡ ਕੇ ਘਰ ਵਸਾਉਣ ਦੀ ਗੱਲ ਕਰਨੀ ਆ, ਤਾਂ ਆਪਦੀ ਕੀ ਆ, ਈਗੋ ਨੂੰ ਵੀ ਛੱਡੋ ਅਤੇ ਰਿਸ਼ਤਿਆਂ ਦੀ ਅਹਿਮੀਅਤ ਸਮਝਣ ਲੱਗੋ। ਅਤੇ ਗੁਰੂ ਦੇ ਮੂਹਰੇ ਲੈ ਜਿਹੜੀਆਂ ਲਾਵਾਂ ਨੇ ਨਾ, ਉਹਨਾਂ ਦੇ ਵਿੱਚ ਬੜੀ ਤਾਕਤ ਹੁੰਦੀ ਆ। ਉਹ ਗੁਰੂ ਤੋਂ ਬੇਮੁੱਖ ਹੋਣ ਤੋਂ ਪਹਿਲਾਂ ਇੱਕ ਵਾਰੀ ਬਾਤ ਜ਼ਰੂਰ ਲਿਓ ਕਿ ਦੂਜਾ ਜਿਹੜਾ ਰਿਸ਼ਤਾ ਕਿਤੇ ਵੀ ਕਰਨ ਜਾਓਗੇ, ਅਸੀਂ ਕੁੜੀ ਨੂੰ ਇੱਕੋ ਗੱਲ ਅਕਸਰ ਕੀ ਆ ਕਹਿੰਦੇ ਹੁੰਦੇ ਹਾਂ, ਜਿਹੜੀਆਂ ਕੁੜੀਆਂ ਨਾਲ ਅਸੀਂ ਕਾਉਂਸਲਿੰਗ ਕਰਦੇ ਹਾਂ, ਇੱਕੋ ਗੱਲ ਕਹਿੰਦੇ ਆ ਕਿ ਤੈਨੂੰ ਦੂਜੇ ਦਾ ਪਤਾ ਕਿ ਉਹ ਤੈਨੂੰ ਕਿਹੋ ਜਿਹਾ ਟੱਕਰੂਗਾ। ਇਹ ਤਾਂ ਤੈਨੂੰ ਮੈਂ ਪਤਾ ਹੀ ਆ, ਇਹ ਜੇ ਕੋਈ ਗੁਣ ਹੈਗਾ ਤਾਂ ਗੁਣਾਂ ਨਾਲ ਕੀ ਆ, ਸਮਝੌਤਾ ਕਰਨਾ ਪੈਂਦਾ, ਠੀਕ ਹੈ ਨਾ। ਜਿਵੇਂ ਸਾਡੇ ਗੁਰੂ ਵੀ ਕਹਿੰਦਾ, ਸਾਂਝ ਕਰੀ ਜੇ ਗੁਣਾ ਕੇਰੀ, ਛੋੜ ਅਵਗੁਣ ਚੱਲੀਏ। ਜਿੱਥੇ ਨਿਭ ਸਕਦਾ ਰਿਸ਼ਤਾ ਨਿਭਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਆ, ਤੋੜਨੇ ਬਹੁਤ ਸੌਖੇ ਨੇ, ਠੀਕ ਹੈ। ਰਿਸ਼ਤੇ ਕੀ ਆ, ਇੱਕ ਵਾਰ ਟੁੱਟੇ ਮੁੜ ਕੇ ਜੁੜਦੇ ਨਹੀਂ। ਇੰਨੀਆਂ ਕੁ ਬੇਨਤੀ ਆ ਸਾਰਿਆਂ ਨੂੰ। ਅਤੇ ਇੱਕ ਤੁਹਾਨੂੰ ਲਾਸਟ ਦੇ ਵਿੱਚ ਇੱਕ ਛੋਟੀ ਜਿਹੀ ਗੱਲ ਦੱਸਦਾ, ਸਾਡੇ ਨਾਲ ਕਿਸੇ ਕੀ ਆ ਗੱਲ ਸਾਂਝੀ ਕੀਤੀ ਸੀ ਡਾਕਟਰ ਹਰਸ਼ਿੰਦਰ ਕੌਰ ਨੇ। ਕਹਿੰਦੀ ਕੀ ਆ, ਮੇਰੇ ਵਿਆਹ ਤੋਂ ਪਹਿਲਾਂ ਮੇਰੇ ਪਿਤਾ ਨੇ ਕਹਿੰਦੇ ਕੀ ਕੀਤਾ ਵੀ ਸਾਡੇ ਘਰੇ ਕੀ ਆ, 2 ਕੱਪ ਟੁੱਟ ਗਏ। ਤਾਂ ਕਹਿੰਦੇ ਮੇਰੇ ਪਿਤਾ, ਮੇਰਾ ਵਿਆਹ ਹੋਣ ਵਾਲਾ ਸੀ, ਕਹਿੰਦੇ ਦੋਨੇ ਕੱਪਾਂ ਦੇ ਵਿੱਚ ਕੀ ਆ, ਇੱਕ ਕੱਪ ਤਾਂ ਕਹਿੰਦੇ ਨਾਲ ਦੀ ਨਾਲ ਜੋੜਤਾ ਉਹਨਾਂ ਨੇ, ਦੂਜਾ ਕੱਪ ਰੱਖਤਾ, ਪਰ ਕੁਛ ਦਿਨਾਂ ਬਾਅਦ ਕੀ ਉਹ ਕੱਪ ਵੀ ਜੋੜਤਾ। ਉਦੋਂ ਬਾਅਦ ਕੀ ਆ, ਦੋਨੇ ਕੱਪ ਜਦੋਂ ਰੱਖਤੇ ਅਤੇ ਕੁਛ ਟਾਈਮ ਬਾਅਦ ਕੱਪ ਮੰਗਾਏ ਮੇਰੀ ਮੈਰਿਜ ਤੋਂ ਪਹਿਲਾਂ, ਕਹਿੰਦੇ ਥੋੜ੍ਹੇ ਦਿਨ ਪਹਿਲਾਂ, ਤਾਂ ਕੱਪ ਮੰਗਾ ਕੇ ਮੈਨੂੰ ਪੁੱਛਿਆ ਕਿ ਇਹਨਾਂ ਦੋਨਾਂ ਕੱਪਾਂ 'ਚ ਫਰਕ ਕੀ ਲੱਗਦਾ। ਜਿਹੜਾ ਦੋਸਤੋ ਕੱਪ ਕੀ ਆ ਨਾਲ ਦੀ ਨਾਲ ਜੋੜ ਦਿੱਤਾ ਗਿਆ ਸੀ, ਉਹਦੀ ਤਰੇੜ ਵੀ ਕੀ ਆ, ਦਿਖਾਈ ਨਹੀਂ ਦਿੰਦੀ ਸੀ, ਬਿਲਕੁਲ ਪੂਰੀ ਤਰ੍ਹਾਂ ਕੀ ਆ ਜੋੜ ਲੱਗ ਚੁੱਕਿਆ ਸੀ। ਅਤੇ ਜਿਹੜਾ ਕੀ ਆ ਕੱਪ 2 ਦਿਨ ਠਹਿਰ ਕੇ ਜੋੜਿਆ ਗਿਆ ਸੀ,
ਤਾਂ ਉਹਦੇ ਵਿੱਚ ਜਿਹੜਾ ਕੀ ਹੈ ਗੈਪ ਸੀ ਨਾ ਉਹ ਤ੍ਰੇੜੋਵੇਂ ਚੱਕਰ ਕਹਿੰਦੇ ਦਿਖਾਈ ਦਿੰਦੀ ਸੀ। ਅਤੇ ਮੇਰੇ ਪਿਓ ਨੇ ਕਹਿੰਦੇ ਮੈਨੂੰ ਇੱਕੋ ਗੱਲ ਕਹੀ ਕਿ ਜਿੱਥੇ ਤੁਹਾਡੇ ਰਿਸ਼ਤਿਆਂ 'ਚ ਕਿਤੇ ਫਰਕ ਪੈਂਦਾ ਤਾਂ ਉਹਨੂੰ ਜਿੰਨੀ ਜਲਦੀ ਹੋ ਸਕਦਾ ਉਹਨੂੰ ਜੋੜਨ ਦੀ ਕੋਸ਼ਿਸ਼ ਕਰ ਲਓ, ਕਿਉਂਕਿ ਕੇਰਾਂ 'ਚ ਤੋਂ ਫਰਕ ਪੈ ਜਾਂਦੇ ਆ, ਉਹ ਫਰਕ ਇੰਨੇ ਵੱਡੇ ਹੋ ਜਾਂਦੇ ਆ, ਅਤੇ ਸੰਨ 'ਚ ਫਿਰ ਸੰਨ ਵਾਲੇ ਉਂਗਲਾਂ ਵਾਲੇ ਤਾਂ ਅਸੀਂ ਜਾਣਦੇ ਹਾਂ ਕੀ ਕਰਦੇ ਆ, ਅਤੇ ਉਹ ਤ੍ਰੇੜ ਫਿਰ ਮਿਟਦੀ ਨਹੀਂ। ਇਸ ਕਰਕੇ ਰਿਸ਼ਤਿਆਂ ਨੂੰ ਨਿਭਾਉਣ ਵਾਸਤੇ ਜਿੰਨੀ ਜਲਦੀ ਹੋ ਸਕੇ ਜਿਹੜੇ ਤੁਹਾਡੇ ਕਰੀਬੀ ਰਿਸ਼ਤੇ ਆ ਉਹਨਾਂ ਰਿਸ਼ਤਿਆਂ 'ਚ ਫਰਕ ਨਾ ਪੈਣ ਦਿਓ। ਇੰਨੀਆਂ ਕੁ ਬੇਨਤੀਆਂ ਕਰਦਾ ਫਤਿਹ ਅਰਜਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।